ਅੱਛਾ, ਏਦਾਂ ਕਿੱਦਾਂ ਚਲੇ ਜਾਈਏ? ਜਿਹੜੀ ਤੁਹਾਡੇ ਪੁੱਤਰ ਲਈ ਮੰਡਪ 'ਚ ਵਿਆਹ ਲਈ ਇੰਤਜ਼ਾਰ ਕਰ ਰਹੀ ਹੈ, ਏਦਾਂ ਕਿੱਦਾਂ ਜਾ ਸਕਦੇ ਹੈ? ਨਾ ਜੀ ਨਾ, ਡਾਕਟਰੀ ਸ਼ਾਨ ਨੇ ਪੂਰੇ ਪਿੰਡ 'ਚ ਸਾਰਿਆਂ ਦੇ ਸਾਹਮਣੇ ਮੇਰੀ ਧੀ ਦੀ ਮੰਗ 'ਚ ਸਿੰਦੂਰ ਭਰਿਆ। ਉਹ ਪੂਰੇ ਪਿੰਡ ਦੇ ਸਾਹਮਣੇ ਵਿਆਹ ਕਰਕੇ ਸ਼ਿਵਿਕਾ ਨੂੰ ਇੱਥੇ ਲੈ ਕੇ ਆਇਆ। ਸੋ ਤੁਸੀਂ ਇਹਨੂੰ ਆਪਣੀ ਨੂੰਹ ਮੰਨੋ ਜਾਂ ਨਾ ਮੰਨੋ, ਡਾਕਟਰ ਇਸ਼ਾਨ ਇਸ ਵਿਆਹ ਤੋਂ ਖੁਸ਼ ਹੋਣ ਜਾਂ ਨਾ ਹੋਣ, ਮੈਂ ਇਹਨੂੰ ਆਪਣੇ ਪਿੰਡ ਨਹੀਂ ਲਿਜਾ ਸਕਦਾ। ਹੇ, ਤੁਸੀਂ ਕੀ ਕਹਿ ਰਹੇ ਹੋ ਜੀ? ਡਾਕਟਰ ਇਸ਼ਾਨ ਨੇ ਸਾਰਿਆਂ ਸਾਹਮਣੇ ਮੇਰੀ ਧੀ ਦੇ ਸਿਰ ਤੇ ਹੱਥ ਰੱਖਿਆ। ਜੇ ਇਹਨੂੰ ਮੈਂ ਵਾਪਸ ਲੈ ਗਿਆ ਤਾਂ ਪਿੰਡ ਵਾਲੇ ਨੇ ਇਹਨੂੰ ਤਲਾਕਸ਼ੁਦਾ ਛੱਡੀ ਹੋਈ ਕੁੜੀ ਕਹਿਣਾ। ਜੇ ਇੱਕ ਵਾਰ ਕੁੜੀ ਕਿਸੇ ਮੁੰਡੇ ਦੇ ਘਰ ਰਾਤ ਕੱਟ ਲਵੇ ਨਾ, ਉਹ ਇਸ ਤਰ੍ਹਾਂ ਪੇਕੇ ਘਰ ਆਉਣ ਜੋਗੀ ਨਹੀਂ ਰਹਿੰਦੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤੁਸੀਂ ਸਾਡੇ ਘਰ ਆ ਕੇ ਸਾਡੇ ਮੁੰਡੇ ਨਾਲ ਜ਼ਬਰਦਸਤੀ ਕਰਕੇ ਆਪਣੀ ਕੁੜੀ ਦਾ ਵਿਆਹ ਕਰੋਗੇ? ਜੇ ਆਪਣੀ ਧੀ ਦੇ ਹੱਕ ਲਈ ਮੈਨੂੰ ਉਹ ਵੀ ਕਰਨਾ ਪਿਆ, ਮੈਂ ਕਰਾਂਗਾ। ਭਾਈ ਸਾਹਿਬ, ਠੰਡ ਰੱਖੋ, ਆਪਾਂ ਰਾਮ ਨਾਲ ਵੀ ਗੱਲ ਕਰ ਸਕਦੇ ਹਾਂ, ਸ਼ਾਂਤੀ ਨਾਲ ਵੀ ਹੱਲ ਕੱਢਿਆ ਜਾ ਸਕਦਾ। ਰਣਦੀਪ, ਤੂੰ ਵੀ ਸ਼ਾਂਤੀ ਨਾਲ ਗੱਲ ਕਰ, ਆਖਿਰ ਇਹ ਉਹਨਾਂ ਦੀ ਧੀ ਦੀ ਜ਼ਿੰਦਗੀ ਦਾ ਸਵਾਲ ਹੈ। ਸਹਿਗਲ ਸਾਹਿਬ, ਜੋ ਪਿੰਡ 'ਚ ਹੋਇਆ ਤੁਹਾਡੇ ਲਈ ਉਹ ਮਜ਼ਾਕ ਹੋਏਗਾ, ਪਰ ਸਾਡੇ ਲਈ ਉਹ ਵਿਆਹ ਹੀ ਸੀ। ਡਾਕਟਰ ਇਸ਼ਾਨ ਨੇ ਪੂਰੇ ਪਿੰਡ ਦੇ ਸਾਹਮਣੇ ਸਾਡੀ ਧੀ ਦੇ ਮੰਗ 'ਚ ਸੰਧੂਰ ਭਰਿਆ, ਔਰ ਉਹ ਸਾਰਿਆਂ ਦੇ ਸਾਹਮਣੇ ਸਾਡੀ ਧੀ ਸ਼ਿਵਿਕਾ ਨੂੰ ਇੱਥੇ ਲੈ ਕੇ ਆਇਆ। ਜੇ ਮੈਨੂੰ ਵਾਪਸ ਲੈ ਗਿਆ ਤਾਂ ਕੌਣ ਕਰੇਗਾ ਇਹਦੇ ਨਾਲ ਵਿਆਹ? ਜੇ ਇੱਦਾਂ ਦੀ ਗੱਲ ਹੈ ਤਾਂ ਤੁਹਾਡੀ ਧੀ ਨੇ ਇਸ਼ਾਨ ਨੂੰ ਚਿੱਠੀ ਕਿਉਂ ਲਿਖੀ? ਜੇ ਉਹ ਇਹ ਗੱਲ ਸਮਝ ਗਈ ਹੈ ਕਿ ਇਸ਼ਾਨ ਇਸ ਵਿਆਹ ਤੋਂ ਖੁਸ਼ ਨਹੀਂ ਹੈ ਤੇ ਨਾ ਹੀ ਆਪ ਇਸ ਘਰ ਦੇ ਲਾਇਕ ਹੈ, ਤੇ ਫਿਰ ਤੁਸੀਂ ਇਸ ਮਾਮਲੇ 'ਚ ਦਖਲ ਅੰਦਾਜ਼ੀ ਕਿਉਂ ਕਰ ਰਹੇ ਹੋ? ਉਹ ਇਹ ਤਾਂ ਬੇਵਕੂਫ ਹੈ, ਬੱਚੀ ਹੈ, ਇਸ ਬੇਵਕੂਫ ਨੂੰ ਕੀ ਪਤਾ? ਕੁੜੀ ਦੇ ਇੱਕ ਵਾਰ ਦਾਗ ਲੱਗ ਜਾਣ ਤੋਂ ਬਾਅਦ ਉਹਨੂੰ ਕੋਈ ਵੀ ਆਪਣੇ ਘਰ ਰੱਖਣ ਨੂੰ ਤਿਆਰ ਨਹੀਂ ਹੁੰਦਾ। ਇਸ ਬੇਵਕੂਫ ਨੇ ਜੋ ਵੀ ਕੀਤਾ ਬਚਪਨੇ 'ਚ ਕੀਤਾ। ਬਚਪਨਾ? ਨਹੀਂ, ਇਹ ਸਭ ਮਾਂ ਕਾਲੀ ਦਾ ਫੇਰ ਬਦਲ ਹੈ। ਹੁਣੇ ਡਾਊਨਲੋਡ ਕਰੋ Z5 ਐਪ ਤੇ ਵੇਖੋ ਆਪਣੇ ਪਸੰਦੀਦਾ ਸ਼ੋਜ਼ ਦੇ ਸਾਰੇ ਐਪੀਸੋਡ ਕਿਤੇ ਵੀ ਕਦੇ ਵੀ ਬਿਲਕੁਲ ਮੁਫ਼ਤ।